ये BRTS पर जो काम चल रहा है मिशन आगाज की टीम कर रही है, ऐसे प्लांट्स जो सूख गए थे जिनमें अब कोई भी पत्ता हरा नहीं है, ऐसे प्लांट्स यहाँ से निकाल के ट्री गार्ड्स को रिप्लेस किया जा रहा है, उसमें और नए प्लांट लगाए जा रहे हैं। तो ये जो प्लांट्स हैं बहुत अच्छे तरीके से हमारी सारी टीम देख रेख कर रही है, खासतौर पर हमारे विशाल शर्मा जी तो बहुत दिन रात लगे रहते हैं। तो ये देखिए कितने बड़े बड़े ट्रीज लेके आए हैं, यानी कि पले पलाए ट्रीज आप देख सकते हैं कि इसकी जो हाइट है ट्रीज की जो पड़ी हुई है, इट्स अराउंड 12 to 15 feet आई विल से, यस। तो इतने 10 से 12 फुट और इतने आसपास के ट्रीज, लंबे लंबे ये पले पलाए ट्रीज हम लोग लगा रहे हैं, सो दैट अमृतसर कैन मेक फुल ग्रीन एंड क्लीन। और सारे मिलके दरख्त लाइए, बड़े दरख्त लाइए। जय हिंद, जय भारत। मिशन आगाज, दीपक बब्बर, अमृतसर, दिवाली दी बहुत बहुत शुभकामनाएं। और आज 22 अक्टूबर, थैंक यू। आज 22 तरीक है ना जी, की कहना चाहोगे इस ट्रीज बारे? सब तो पहले तो मैं थैंक्स करांगा PWD डिपार्टमेंट का जिन्होंने सानू वड्डे रुख दिते है। साडा टारगेट सीगा 1480 रुखां दा, 1100 ਦੇ ਆਸ-ਪਾਸ ਸਾਡੇ ਰੁੱਖ ਜਿਹੜੇ ਬਿਲਕੁਲ ਕੰਪਲੀਟ ਹੋ ਚੁੱਕੇ ਆ ਤੇ ਬਾਕੀ 200 ਦੇ ਆਸ-ਪਾਸ ਪੈਂਡਿੰਗ ਸਾਡੇ। ਠੀਕ ਹੈ, ਅਸੀਂ ਲੱਗੇ ਆ, ਵਾਰੰਟੀਜ਼ ਕੰਮ ਕਰ ਰਹੇ ਆ ਤੇ ਮਹੀਨਾ ਡੇਢ ਮਹੀਨਾ ਸਮਾਂ ਲੱਗੇਗਾ। ਇਹ 100% ਜਿਹੜੀ ਸਾਡੀ ਆ ਰੋਡ ਜਿਹੜੀ ਆ ਇੰਡੀਆ ਗੇਟ ਤੋਂ ਲੈ ਕੇ ਅਪ ਟੂ ਹਰਕ੍ਰਿਸ਼ਨ ਪਬਲਿਕ ਸਕੂਲ ਇਹ ਕੰਪਲੀਟ ਹੋ ਜਾਏਗੀ ਤੇ ਆਉਣ ਵਾਲੇ 3 ਸਾਲਾਂ ਵਿੱਚ ਇਹ ਪਲਾਂਟੇਸ਼ਨ ਜਿਹੜੀ ਆ ਪੂਰੇ ਅੰਮ੍ਰਿਤਸਰ ਦੀ ਸਭ ਤੋਂ ਵਧੀਆ ਪਲਾਂਟੇਸ਼ਨ ਹੋਏਗੀ। ਮੈਂ ਟ੍ਰੀ ਮੈਂ ਕਹਾਂਗਾ ਉਠਾ ਕੇ ਤੁਸੀਂ ਹਲਕਾ ਜਿਹਾ ਦਿਖਾਓ ਤਾਂ ਕਿ ਪਤਾ ਲੱਗੇ ਵੀ ਕਿੰਨਾ ਅਸੀਂ ਲਗਾ ਰਹੇ। ਇਹੀ ਲੈ ਲਓ ਵਿੱਚ ਉੱਪਰ ਵਾਲਾ ਹੀ। ਔਰ ਇਹ ਦੇਖੋ ਜੀ ਕਿੰਨਾ ਬੋਰਡ ਦਾ ਪੇੜ ਹੈ, ਇਹਨੂੰ ਮਿਜ਼ਾਈਲ ਪੇੜ ਕਹਾਂਗਾ ਮੈਂ ਕਿ ਸਟ੍ਰੇਟ ਦੇ ਪਲਿਆ ਪਲਿਆ ਟ੍ਰੀ ਹੈ, ਬਸ ਇੰਨੀ ਲੈਂਥ ਦਾ ਟ੍ਰੀ ਹੈ। ਹਾਈਟ ਮੇਰੀ ਆ, ਮੇਰੇ ਤੋਂ ਵੀ 4 ਫੁੱਟ 5 ਫੁੱਟ ਐਕਸਟਰਾ। ਬਿਲਕੁਲ ਜੀ, ਇਹ 10 ਤੋਂ 12 ਫੁੱਟ ਤੱਕ ਹੈਗੇ ਜੀ। ਤੇ ਅਗਰ ਮੈਂ ਇਹਦੀ ਗੱਲ ਕਰਾਂ ਪਿਲਖਣ ਦੀ, ਹਾਂ ਤੇ ਪਿਲਖਣ ਦਾ ਰੁੱਖ 15 ਫੁੱਟ ਦੇ ਆਸ-ਪਾਸ ਹੋਏਗਾ। 15 ਫੁੱਟ ਹਾਈ ਟ੍ਰੀਸ, ਕੀ ਬਾਤ ਹੈ। ਔਰ ਇਹਦਾ ਸਟੈਮ ਚੈੱਕ ਕਰੋ, 3 ਇੰਚੀ ਦੇ ਆਸ-ਪਾਸ ਇਹਦਾ ਸਟੈਮ ਹੈ। ਬਿਲਕੁਲ ਠੀਕ ਹੈ। ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ, ਅਸੀਂ ਜਿਹੜੇ ਜੂਡ ਬੈਗ ਹੈਗੇ ਆ ਇਹਨਾਂ ਦੀ ਪ੍ਰੋਪਰ ਕਟਿੰਗ ਕਰਕੇ ਤੇ 2.5 ਫੁੱਟ ਜਿਹੜਾ ਜ਼ਮੀਨ ਨੂੰ ਮਿੱਟੀ ਨੂੰ ਪੁੱਟ ਕੇ ਉਹਦੇ ਥੱਲੇ ਹੀ ਪਲਾਂਟ ਕਰ ਰਹੇ ਹਾਂ। ਮੈਨੂੰ ਪਤਾ ਲੱਗਾ ਸੀ ਪਿਛਲੀ ਵਾਰੀ ਪਲਾਂਟੇਸ਼ਨ ਹੋਈ ਹੈ BRTS 'ਚ। ਪਲਾਂਟੇਸ਼ਨ ਜਿਹੜੀ ਸਰਕਾਰੀ ਕੀਤੀ ਗਈ ਸੀ ਉਹ ਕੰਟੈਕਟ ਬੇਸ ਤੇ ਸੀਗੀ, ਥੋੜਾ ਜਿਹਾ ਕੇਅਰ ਹੀ ਜ਼ਿਆਦਾ ਨਹੀਂ ਹੋ ਪਾਈ ਤੇ ਬੰਦਿਆਂ ਨੇ ਜਿਹੜੇ ਲੇਬਰ ਦੇ ਬੰਦੇ ਲੱਗੇ ਸੀ ਉਹਨਾਂ ਨੇ ਯੂਟ ਟੈਗ ਦੇ ਨਾਲ ਹੀ ਪਲਾਂਟ ਥੱਲੇ ਇਨਸਰਟ ਕਰਤਾ ਸੀਗਾ। ਓ ਸੋ ਸੈਡ, ਰੂਟ ਥੱਲੇ ਪੈਂਡਡ ਕਰਕੇ ਜਾ ਨਹੀਂ ਪਈਆਂ। ਐਟਲੀਸਟ ਬੈਗ ਟ੍ਰੇ ਵੀ ਲਿਖਣੇ ਥੱਲੇ ਵਾਲਾ ਹਿੱਸਾ ਉਹਦਾ ਕੱਟਿਆ ਹੋਣਾ ਚਾਹੀਦਾ ਜੀ। ਵੈਸੇ ਤਾਂ ਜ਼ਰੂਰੀ ਹੈ ਕਿ ਸਾਰੇ ਹੀ ਕੱਟਦੇ ਜਾਏ, ਉਸਨੇ ਚਾਰੇ ਪਾਸੇ ਬਲਬ ਹੋਣਾ ਹੁੰਦਾ। ਓਕੇ, ਜ਼ਰੂਰੀ ਵੀ ਤਾਂ ਥੱਲੇ ਕੱਟਣਾ ਔਰ ਬੈਗ ਹੋਣਾ ਹੀ ਨਹੀਂ ਚਾਹੀਦਾ, ਬੈਗ ਹੋਣਾ ਨਹੀਂ ਚਾਹੀਦਾ। ਬੜਾ ਉਹਨੂੰ ਆਇਸਤਾ ਆਇਸਤਾ ਜਿਹੜੀ ਮਿੱਟੀ ਉਹਦੀ ਗਾਚੀ ਟੁੱਟੇ ਨਾ ਇਸ ਤਰੀਕੇ ਨਾਲ ਉਹਨੂੰ। ਹਾਂ ਯੈਸ, ਬਲੇਡਸ ਆ ਸਕਦੇ ਨੇ, ਬਲੇਡਸ ਨਾਲ ਕੱਟੇ ਜਾ ਸਕਦਾ ਬੈਗ ਪੂਰਾ। ਸਾਡੇ ਲਵਰੈਂਟੀ 'ਚ ਬਲੇਡ ਹੈਗੇ ਆ, ਪ੍ਰੋਪਰ ਕਟਿੰਗ ਕਰਕੇ ਫਿਰ ਅਸੀਂ ਲਗਾ ਰਹੇ ਆ। ਸੋ ਨਾਈਸ, ਬਹੁਤ ਬਹੁਤ ਸ਼ੁਭਕਾਮਨਾ ਤੁਹਾਨੂੰ ਜੀ। ਥੈਂਕ ਯੂ ਵੈਰੀ ਮੱਚ। ਓਕੇ।